24 ਘੰਟਿਆਂ ਵਿੱਚ 379,257 ਨਵੇਂ ਮਾਮਲੇ ਸਾਹਮਣੇ ਆਏ ਨੇ। ਇੱਕ ਦਿਨ ਅੰਦਰ ਕੋਰੋਨਾ ਕਾਰਨ 3,645 ਮਰੀਜ਼ਾਂ ਦੀ ਮੌਤ ਹੋਈ ਹੈ। 2,69,507 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। ਦੇਸ਼ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 30,84,818 ਹੋਈ। ਹੁਣ ਤੱਕ ਕੋਰੋਨਾ ਕਾਰਨ 2,04,832 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਹੁਣ ਤੱਕ 15,20,648 ਲੋਕਾਂ ਨੂੰ ਵੈਕਸੀਨ ਵੀ ਲੱਗ ਚੁੱਕੀ ਹੈ, ਪਰ ਆਏ ਦਿਨ ਚਿੰਤਾਜਨਕ ਅੰਕੜੇ ਸਾਹਮਣੇ ਆ ਰਹੇ ਨੇ। ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਪਿਛਲੇ ਕੁਝ ਦਿਨਾਂ ਦੀ, ਤਾਂ 3.5 ਲੱਖ ਕਰੀਬ ਮਾਮਲੇ ਰੋਜ਼ਾਨਾ ਭਾਰਤ ਵਿੱਚ ਸਾਹਮਣੇ ਆ ਰਹੇ ਨੇ। ਸਾਰੇ ਪੁਰਾਣੇ ਰਿਕਾਰਡ ਜੇ ਪਿਛਲੇ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਟੁੱਟ ਗਏ ਨੇ। 24 ਘੰਟਿਆਂ ਵਿੱਚ 379,257 ਨਵੇਂ ਮਾਮਲੇ ਸਾਹਮਣੇ ਆਏ ਨੇ। ਹਾਲਾਂਕਿ ਸਰਕਾਰਾਂ ਵੱਲੋਂ ਸਖਤੀ ਵੀ ਵਰਤੀ ਜਾ ਰਹੀ ਹੈ, ਕਈ ਅਹਿਮ ਐਲਾਨ ਕੀਤੇ ਜਾ ਰਹੇ ਨੇ, ਫੈਸਲੇ ਲਏ ਜਾ ਰਹੇ ਨੇ, ਪਰ ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਜੋ ਲਗਾਤਾਰ ਹਾਲਾਤ ਭਾਰਤ ਵਿੱਚ ਵਿਗੜ ਰਹੇ ਨੇ, ਇਸ ਨੂੰ ਲੈ ਕੇ ਚਿੰਤਾਜਨਕ ਅੰਕੜੇ ਆਏ ਦਿਨ ਸਾਹਮਣੇ ਆ ਰਹੇ ਨੇ। ਇੱਕ ਦਿਨ ਅੰਦਰ ਕੋਰੋਨਾ ਕਾਰਨ 3,645 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਹਰਪ੍ਰੀਤ ਬੰਦੇਸ਼ਾ ਹੋਰ ਜਾਣਕਾਰੀ ਦੇ ਨਾਲ ਲਾਈਵ ਬਣ ਗਏ ਨੇ। ਤਾਂ ਹਰਪ੍ਰੀਤ, ਜ਼ਾਹਿਰ ਤੌਰ ਤੇ ਹਾਲਾਤ ਲਗਾਤਾਰ ਵਿਗੜਦੇ ਨਜ਼ਰ ਆ ਰਹੇ ਨੇ, ਤੇ ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਪਿਛਲੇ ਕਈ ਦਿਨਾਂ ਤੋਂ 3.5 ਲੱਖ ਦੇ ਆਸ ਪਾਸ ਮਾਮਲੇ ਸਾਹਮਣੇ ਆ ਰਹੇ ਨੇ, ਤੇ ਪਿਛਲੇ 24 ਘੰਟਿਆਂ ਵਿੱਚ ਸਾਰੇ ਰਿਕਾਰਡ ਟੁੱਟ ਚੁੱਕੇ ਨੇ। ਹਾਂ ਬਿਲਕੁਲ ਸਵਾਤੀ, ਜੇਕਰ ਦੇਖੀਏ ਤਾਂ ਪਿਛਲੇ 24 ਘੰਟੇ ਜੋ ਮਾਮਲੇ ਸਾਹਮਣੇ ਆਏ ਉਹ ਲਗਭਗ 3,80,000 ਦੇ ਕਰੀਬ ਨੇ, 3,89,257 ਇਹ ਆਂਕੜੇ ਨੇ ਪਿਛਲੇ 24 ਘੰਟਿਆਂ ਦੇ ਵਿੱਚ। ਅਤੇ ਜੋ ਮੌਤ ਦਾ ਆਂਕੜਾ ਪਿਛਲੇ 24 ਘੰਟੇ 3,645, ਇੱਕ ਵੱਡਾ ਆਂਕੜਾ, ਅਜੇ ਤੱਕ ਦਾ ਸਭ ਤੋਂ ਵੱਡਾ ਆਂਕੜਾ ਹੈ। ਪਿਛਲੇ 3 ਦਿਨਾਂ ਤੋਂ ਲਗਭਗ ਜਿਹੜੇ ਆਂਕੜੇ ਸਾਹਮਣੇ ਆ ਰਹੇ ਨੇ ਉਹ ਆਪਣੇ ਆਪ 'ਚ ਸਾਰੇ ਰਿਕਾਰਡ ਤੋੜਦੇ ਹੋਏ ਨਜ਼ਰ ਆ ਰਹੇ ਨੇ। ਅਤੇ ਜੋ ਮੌਤਾਂ ਅਜੇ ਤੱਕ ਕੁੱਲ ਹੋ ਚੁੱਕੀਆਂ ਨੇ, ਜੇਕਰ ਦੇਸ਼ 'ਚ ਗੱਲ ਕਰੀਏ ਤਾਂ ਉਹ ਆਂਕੜਾ 2 ਲੱਖ ਨੂੰ ਪਾਰ ਕਰ ਗਿਆ, 2,04,832। ਅਸੀਂ ਅੰਦਾਜ਼ਾ ਲਗਾਈਏ ਕਿ ਇਹ ਸਰਕਾਰੀ ਆਂਕੜਾ ਹੈ, ਜਿਹੜੀਆਂ ਮੌਤਾਂ ਰਿਪੋਰਟ ਨਹੀਂ ਹੋ ਰਹੀਆਂ, ਜਿਹੜੇ ਲੋਕ ਘਰਾਂ 'ਚ ਮਰ ਰਹੇ ਨੇ ਉੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਸ ਵੇਲੇ ਹਾਲਾਤ ਕਿੰਨੇ ਜ਼ਿਆਦਾ ਗੰਭੀਰ ਬਣੇ ਹੋਏ ਨੇ। ਲੋਕ ਅਜੇ ਵੀ ਨਹੀਂ ਸਮਝ ਰਹੇ, ਲੋਕ ਅਜੇ ਵੀ ਆਪਣੀ ਜਿਹੜੀ ਜ਼ਿੰਮੇਦਾਰੀ ਹੈ ਉਸ ਤੋਂ ਸਮਝਣਾ ਨਹੀਂ ਚਾਹ ਰਹੇ। ਦੂਸਰੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਮੈਂ ਗੱਲ ਕਰਾਂ ਤਾਂ ਉੱਥੇ ਤਸਵੀਰ ਬੜੀ ਖਰਾਬ ਹੈ। ਤਸਵੀਰ ਉੱਥੇ ਇਸ ਕਰਕੇ ਖਰਾਬ ਹੈ ਕਿ ਰਾਤੀ ਜਿਹੜਾ ਮੈਡੀਕਲ ਬੁਲੇਟਿਨ ਅਕਸਰ ਸਮੇਂ ਨਾਲ ਆਏਗਾ, ਰਾਤੀ 12 ਵਜੇ ਤੋਂ ਬਾਅਦ ਦਿੱਲੀ ਦਾ ਮੈਡੀਕਲ ਬੁਲੇਟਿਨ ਸਾਹਮਣੇ ਆਇਆ। ਇਹ ਕਿਹਾ ਜਾ ਰਿਹਾ ਕਿ ਸ਼ਾਇਦ ਐਲਜੀ ਨੂੰ ਕੱਲ੍ਹ ਜਿਹੜੇ ਟ੍ਰਾਂਸਫਰਸ ਕਰ ਦਿੱਤੀਆਂ ਗਈਆਂ ਦਿੱਲੀ ਦੇ ਸਾਰੇ ਹੱਕ, ਉਸਦੇ ਕਰਕੇ ਹੋਇਆ। ਲੇਕਿਨ ਪਿਛਲੇ 24 ਘੰਟੇ ਦਿੱਲੀ ਜੋ ਕੇਸ ਨੇ 25,986 ਅਤੇ ਜੋ ਟੈਸਟ ਹੋਏ ਨੇ, ਟੈਸਟ ਨੇ 81,829 ਅਤੇ ਜਿਹੜਾ ਪੋਜ਼ਿਟਿਵਿਟੀ ਰੇਟ ਹੈ ਉਹ 31% ਤੋਂ ਅਜੇ ਵੀ ਉੱਪਰ ਹੈ। ਦੂਸਰੀ ਜਿਹੜੀ ਇਹਦੇ 'ਚ ਅਹਿਮ ਚੀਜ਼ ਹੈ, ਜਿਹੜਾ ਇਹ ਮੈਡੀਕਲ ਬੁਲੇਟਿਨ ਆਉਂਦਾ ਇਹਦੇ 'ਚ ਜੋ ਵੈਕੈਂਟ ਬੈੱਡ ਵਿਖਾਏ ਜਾ ਰਹੇ ਨੇ, ਕਿਸੇ ਜਗ੍ਹਾ 'ਤੇ 1683, ਕਿਤੇ 4,900 ਜਿਹੜੇ ਨੇ 81, ਇਸ ਤੋਂ ਇਲਾਵਾ ਡੈਡੀਕੇਟਡ ਜਿਹੜੇ ਹੈਲਥ ਸੈਂਟਰ ਨੇ ਉੱਥੇ 44 ਬੈੱਡ ਨੇ। ਜੇਕਰ ਇਹਨਾਂ ਦੀ ਅਸੀਂ ਗਿਣਤੀ ਵੱਲ ਨਜ਼ਰ ਮਾਰੀਏ ਤਾਂ ਇੱਕ ਵੱਡੀ ਗਿਣਤੀ ਦੇ ਵਿੱਚ ਬੈੱਡ ਜਿਹੜੇ ਨੇ ਖਾਲੀ ਨਜ਼ਰ ਆਉਂਦੇ ਨੇ। ਲੇਕਿਨ ਦਿੱਲੀ ਦੇ ਵਿੱਚ ਲੋਕਾਂ ਦਾ ਹਾਲ ਐਵੇਂ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਹੇ, ਕੰਸਨਟ੍ਰੇਟਰ ਨਹੀਂ ਮਿਲ ਰਹੇ, ਬੈੱਡ ਨਹੀਂ ਮਿਲ ਰਹੇ, ਦਵਾਈਆਂ ਨਹੀਂ ਮਿਲ ਰਹੀਆਂ, ਉਹਨਾਂ ਦੀ ਕਾਲਾਬਾਜ਼ਾਰੀ ਖੂਬ ਹੋ ਰਹੀ ਹੈ। ਸਰਕਾਰ ਲਗਾਤਾਰ ਆਪਣੀ ਜ਼ਿੰਮੇਦਾਰੀ ਤੋਂ ਬਚਦੀ ਹੋਈ ਨਜ਼ਰ ਆ ਰਹੀ ਹੈ। ਬੇਸ਼ੱਕ ਸਰਕਾਰ ਜੋ ਮਰਜ਼ੀ ਕਹੇ ਕਿ ਅਸੀਂ ਦੁਨੀਆ ਭਰ ਤੋਂ ਕੰਸਨਟ੍ਰੇਟਰ ਮੰਗਾ ਰਹੇ ਹਾਂ, ਅਸੀਂ ਹੁਣ ਆਸਮਾਨ ਤੋਂ ਲੈ ਕੇ ਪਾਣੀ ਤੱਕ ਅਸੀਂ ਲੱਗੇ ਹਾਂ ਕਿ ਆਕਸੀਜਨ ਅਸੀਂ ਪਾਣੀ ਰਾਹੀਂ ਵੀ ਮੰਗਾ ਰਹੇ ਹਾਂ, ਹਵਾਈ ਜਹਾਜ਼ਾਂ ਤੋਂ ਵੀ ਆ ਰਹੀ ਹੈ, ਲੇਕਿਨ ਸਰਕਾਰ ਦਾ ਫੇਲੀਅਰ ਬੜਾ ਵੱਡਾ ਹੈਗਾ, ਚਾਹੇ ਉਹ ਸੂਬੇ ਦੀ ਹੋਏ ਜਾਂ ਕੇਂਦਰ ਦੀ। ਸਰਕਾਰਾਂ ਨੇ ਆਪਣੀ ਜ਼ਿੰਮੇਦਾਰੀ ਜੇਕਰ ਠੀਕ ਤਰੀਕੇ ਨਾਲ ਨਿਭਾਈ ਹੁੰਦੀ ਤੇ ਅੱਜ ਜਿਹੜੇ 3,80,000 ਕੇਸ ਆਏ ਨੇ ਨਾ ਆਉਂਦੇ। ਹਿੰਦੁਸਤਾਨ ਸਿਰਫ ਆਪਣੇ ਲੋਕਾਂ ਵਾਸਤੇ ਹੁਣ ਖਤਰਾ ਨਹੀਂ ਬਣ ਰਿਹਾ ਕੋਵਿਡ ਦਾ, ਇਹ ਦੁਨੀਆ ਦੇ ਵਿੱਚ ਵੀ ਖਤਰਾ ਬਣਦਾ ਹੋਇਆ ਨਜ਼ਰ ਆ ਰਿਹਾ। ਬਹੁਤ ਸਾਰੇ ਦੇਸ਼ਾਂ ਨੇ ਇੰਡੀਆ ਦੀਆਂ ਫਲਾਈਟਸ ਬੈਨ ਕਰਤੀਆਂ ਨੇ ਕਿ ਲੋਕਾਂ ਨੂੰ ਆਉਣ ਨਹੀਂ ਦੇ ਰਹੇ, ਈਵਨ ਉਹਨਾਂ ਦੇ ਆਪਣੇ ਸਿਟੀ ਜਿਹੜੇ ਫਸੇ ਨੇ ਉਹਨਾਂ ਨੂੰ ਵੀ ਆਉਣ ਤੋਂ ਮਨਾ ਕਰ ਦਿੱਤਾ ਗਿਆ। ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕੇ ਕਿ ਹਾਲਾਤ ਕੀ ਹੋਏ। ਅਜੇ ਵੀ ਲੋਕੀ ਇਹ ਕਹਿ ਰਹੇ ਨੇ ਕਿ ਕੋਰੋਨਾ ਨਹੀਂ ਹੈਗਾ, ਲੋਕ ਝੂਠ ਬੋਲ ਰਹੇ ਨੇ, ਲੇਕਿਨ ਹਾਲਾਤ ਜੇਕਰ ਤੁਸੀਂ ਦੇਖੋ ਸੜਕਾਂ ਦੇ ਜਿਹੜੇ ਆਕਸੀਜਨਾਂ ਦੇ ਲੰਗਰ ਲੱਗੇ ਨੇ ਬਹੁਤ ਹੀ ਖਰਾਬ ਹੋ ਰਹੇ ਨੇ। ਤੇ ਜੇ ਇੱਥੇ ਗੱਲ ਅਮਰੀਕਾ ਦੀ ਵੀ ਕੀਤੀ ਜਾਵੇ, ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਵੀ ਅਜਿਹੇ ਹਾਲਾਤ ਸੀਗੇ ਜਿੱਥੇ 2 ਲੱਖ ਤੋਂ ਵੱਧ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਸੀਗੇ, ਪਰ 1 ਸਾਲ ਦੇ ਵਿੱਚ ਕਾਫੀ ਬਦਲਾਅ ਹੋਇਆ। ਹੁਣ ਕੱਲ ਬਾਈਡਨ ਦਾ ਬਿਆਨ ਸਾਹਮਣੇ ਆਇਆ, ਉਹ ਕਹਿ ਰਹੇ ਨੇ ਕਿ ਭੀੜ ਭੜੱਕੇ ਨੂੰ ਛੱਡ ਕੇ ਲੋਕਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈ, ਜਿਨ੍ਹਾਂ ਨੇ ਵੈਕਸੀਨ ਲਗਾ ਲਈ ਹੈ ਤੇ ਸਾਰੇ ਲੋਕਾਂ ਨੇ ਆਲਮੋਸਟ ਉੱਥੇ ਲਗਾ ਲਈ ਹੈ। ਐਸ ਕੰਪੇਅਰ ਟੂ ਅਮੈਰੀਕਾ, ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਜ਼ਾਹਿਰ ਤੌਰ ਤੇ ਇੱਥੇ ਸਵਾਲ ਉੱਠਣੇ ਲਾਜ਼ਮੀ ਨੇ। ਲੋਕ ਵੀ ਤਾਂ ਹੀ ਗੁੱਸਾ ਜ਼ਾਹਿਰ ਕਰ ਰਹੇ ਨੇ ਕਿ ਕੋਈ ਬਦਲਾਅ ਨਹੀਂ ਹੋਇਆ, ਸਗੋਂ ਹਾਲਾਤ ਹੋਰ ਮਾੜੇ ਹੋ ਚੁੱਕੇ ਨੇ ਭਾਰਤ ਵਿੱਚ। ਦੇਖੋ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਸੱਤਾ ਦਾ ਬਦਲਾਅ ਹੋਇਆ,
ਟਰੰਪ ਗਏ ਤੇ ਬਾਈਡਨ ਆਏ ਤੇ ਉਹਨਾਂ ਉਸ ਤੋਂ ਬਾਅਦ ਉੱਥੇ ਹਾਲਾਤ ਬਦਲੇ। ਜਿੰਨਾ ਚਿਰ ਤੱਕ ਟਰੰਪ ਸਾਹਿਬ ਰਹੇ ਉਹ ਇਹ ਕਹਿੰਦੇ ਰਹੇ ਕਿ ਵੀ ਡੋਂਟ ਨੀਡ ਅ ਮਾਸਕ, ਸਾਨੂੰ ਮਾਸਕ ਦੀ ਕੋਈ ਲੋੜ ਨਹੀਂ। ਉਹ ਹਰ ਵਾਰੀ ਜਿਹੜਾ ਉਹਨਾਂ ਦਾ ਬਿਆਨ ਸੀ ਉਹ ਸਿੱਧਾ ਚਾਈਨਾ 'ਤੇ ਅਟੈਕ ਕਰਦੇ ਸਨ ਕਿ ਚਾਈਨਾ ਨੇ ਕੀਤਾ, ਚਾਈਨੀਜ਼ ਲੋਕਾਂ ਨੇ ਕੀਤਾ। ਲੇਕਿਨ ਸਮਝਣਾ ਪਏਗਾ ਜਿੰਨਾ ਚਿਰ ਤੱਕ ਲੀਡਰਸ਼ਿਪ ਇਸ ਚੀਜ਼ ਨੂੰ ਨਹੀਂ ਸਹੀ ਤਰੀਕੇ ਨਾਲ ਡੀਲ ਕਰੇਗੀ ਉਹਨਾਂ ਚਿਰ ਹਾਲਾਤ ਨਹੀਂ ਉਤਰਨਗੇ। ਦੂਸਰੀ ਚੀਜ਼, ਅਮਰੀਕਾ ਦੀ ਆਬਾਦੀ ਅਤੇ ਕੰਪੈਰੇਟਿਵਲੀ ਸਾਡੀ ਆਬਾਦੀ ਬੜਾ ਵੱਡਾ ਫਰਕ ਹੈ। ਉੱਥੇ ਜਿਹੜੀ ਫਾਈਜ਼ਰ ਵੈਕਸੀਨ ਲਗਾਈ ਜਾ ਰਹੀ ਹੈ ਲਗਭਗ ਲਗਭਗ 2 ਸ਼ਾਟ ਜਿਹੜੇ ਨੇ ਉੱਥੇ ਇੱਕ ਵੱਡੀ ਆਬਾਦੀ ਦੇ ਹਿੱਸੇ ਨੂੰ ਲੱਗ ਚੁੱਕੇ ਨੇ। ਮੈਂ ਜੋ ਉੱਥੇ ਕੁਛ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਅਜੇ ਵੈਕਸੀਨ ਦੇ ਜਿਹੜੇ ਸ਼ਾਟਸ ਨਹੀਂ ਲੱਗੇ, ਤਕਰੀਬਨ ਉਹ ਲੋਕ ਆਪਣੀ ਸਾਰੀ ਜਿਹੜੀ ਜਨਸੰਖਿਆ ਉਹਨੂੰ ਕਵਰ ਕਰ ਚੁੱਕੇ ਨੇ। ਦੂਸਰਾ, ਮੈਡੀਕਲ ਫੈਸਿਲਿਟੀ ਨੇ ਉਹਨਾਂ ਮੁਲਕਾਂ ਦੇ ਵਿੱਚ ਹਾਲਾਤ ਬਹੁਤ ਵੱਖਰੇ ਨੇ ਸਾਡੇ ਮੁਲਕਾਂ ਨਾਲੋਂ। ਸੱਤਾ ਪਰਿਵਰਤਨ ਤਾਂ ਗੱਲ ਨਹੀਂ ਹੈਗੀ, ਸਵਾਲ ਹੈਗਾ ਕਿ ਜੋ ਲੋਕ ਸੱਤਾ ਨਸ਼ੀਨ ਨੇ, ਜੋ ਲੋਕ ਸੱਤਾ 'ਤੇ ਬੈਠੇ ਨੇ, ਆਖਿਰ ਉਹ ਆਪਣੇ ਆਪ ਨੂੰ ਬਚਾਉਣ 'ਚ ਇੰਨਾ ਜ਼ਿਆਦਾ ਕਿਉਂ ਲੱਗੇ ਹੋਏ ਨੇ ਕਿ ਆਪਣੀ ਇਮੇਜ ਨਾ ਖਰਾਬ ਹੋ ਜਾਏ। ਲੋਕ ਮਰਦੇ ਨੇ ਅਤੇ ਮਰਨ, ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਦੇਸ਼ ਦੇ ਵਿੱਚ ਹਾਲਤ ਇਹ ਵੇ ਕਿ ਤੁਸੀਂ, ਤੁਹਾਡੇ ਹਰ ਫੋਨ 'ਤੇ ਆਉਣ ਵਾਲਾ ਤੀਸਰਾ ਮੈਸੇਜ ਕਿਸੇ ਦਾ SOS ਹੈ, ਕਿਸੇ ਦੀ ਇੱਕ ਮੰਗ ਹੈ, ਕਿਸੇ ਨੂੰ ਦਵਾਈ ਚਾਹੀਦੀ ਹੈ ਅਤੇ ਕਿਸੇ ਨੂੰ ਆਕਸੀਜਨ। ਮੈਂ ਆਪਣੇ ਆਪ ਨੂੰ ਜੇਕਰ ਗੱਲ ਕਰਾਂ ਤਾਂ ਅਸੀਂ ਕਿਸੇ ਦੀ ਮਦਦ ਕੀ ਕਰਨੀ ਹੈ, ਲੇਕਿਨ ਸਾਡੇ ਖੁਦ ਦੇ ਆਲਮ ਇਹ ਨੇ ਕਿ ਸਾਨੂੰ ਲੋਕ ਇਸ ਤਰੀਕੇ ਨਾਲ ਮੈਸੇਜ ਜਾਂ ਫੋਨ ਕਰਦੇ ਪਏ ਨੇ ਕਿਸੇ ਨੂੰ ਆਕਸੀਜਨ ਚਾਹੀਦਾ ਅਤੇ ਕਿਸੇ ਨੂੰ ਦਵਾਈਆਂ। ਸਰਕਾਰ ਆਪਣੀ ਜ਼ਿੰਮੇਦਾਰੀ ਤੋਂ ਨਹੀਂ ਬਚ ਸਕਦੀ। ਸਰਕਾਰ ਕਿਉਂ ਨਹੀਂ ਐਮਰਜੈਂਸੀ ਡਿਕਲੇਅਰ ਕਰਦੀ? ਸਰਕਾਰ ਮੈਡੀਕਲ ਐਮਰਜੈਂਸੀ ਡਿਕਲੇਅਰ ਕਰਕੇ ਜਿੰਨੀਆਂ ਦਵਾਈਆਂ ਦਾ ਕਾਲਾ ਬਾਜ਼ਾਰੀ ਹੋ ਰਹੀ ਹੈ, ਇੰਜੈਕਸ਼ਨਾਂ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ, ਉਹਨੂੰ ਆਪਣੇ ਕੰਟਰੋਲ 'ਚ ਲੈ ਕੇ ਤੈਨੂੰ ਡੀਲ ਕੀਤਾ ਜਾਏ। ਅਜੇ ਵੀ ਜ਼ਰੂਰਤ ਹੈ ਸਰਕਾਰ ਸਖ਼ਤ ਕਦਮ ਚੁੱਕੇ। ਇਹ ਕੰਪਲੀਟ ਲੋਕਡਾਊਨ ਇੱਕ ਵਾਰੀ ਕਰਨਾ ਪਏਗਾ, ਜਿੰਨਾ ਚਿਰ ਤੱਕ ਇਹ ਕੰਪਲੀਟ ਲੋਕਡਾਊਨ ਨਹੀਂ ਹੋਏਗਾ ਇਹ ਗੱਲ ਨਹੀਂ ਬਣੇਗੀ। ਕੇਂਦਰ ਸਰਕਾਰ ਸੂਬਿਆਂ ਉੱਤੇ ਸੁੱਟ ਰਹੀ ਹੈ ਕਿ ਸੂਬੇ ਆਪ ਨੂੰ ਜਿੱਥਣ ਜਲਦ ਹੀ ਭਾਰਤ ਵਿੱਚ ਮੁਕੰਮਲ ਲੋਕਡਾਊਨ ਵੀ ਲਾਇਆ ਜਾ ਸਕਦਾ ਹੈ, ਪਰ ਜ਼ਾਹਿਰ ਤੌਰ ਤੇ ਸਰਕਾਰਾਂ ਦੀ ਇਹ ਨਾਕਾਮੀ ਹੈ ਤੇ ਲਾਪਰਵਾਹੀ ਹੈ। ਜੇ ਪਹਿਲਾਂ ਕੋਈ ਪੁਖਤਾ ਪ੍ਰਬੰਧ ਕੀਤੇ ਜਾਂਦੇ, ਢੁਕਵੇਂ ਕਦਮ ਚੁੱਕੇ ਜਾਂਦੇ ਤਾਂ ਸ਼ਾਇਦ ਅੱਜ ਹਾਲਾਤ ਬਿਹਤਰ ਹੋਣੇ ਸਨ। ਸ਼ੁਕਰੀਆ ਗੱਲਬਾਤ ਲਈ।